ਜੀ, ਅੱਛਾ ਜੀ, ਤੇ ਫਿਰ ਮੈਂ ਪਲਾਟਾਂ ਵਾਲਾ ਕਾਰੋਬਾਰ ਸ਼ੁਰੂ ਕੀਤਾ ਓਕੇ। ਤੇ ਸਾਲ ਮੈਂ 1.5 ਸਾਲ ਦੇ ਵਿੱਚ 1 ਕਰੋੜ ਰੁਪਈਆ ਕਮਾਇਆ। ਕਿੰਨਾ ਕਿੰਨਾ ਕਮਾ ਲਿਆ? ਕਿੰਨਾ? 1.5 ਸਾਲ ਚ 1 ਕਰੋੜ ਰੁਪਈਆ ਜੀ। 1 ਕਰੋੜ ਰੁਪਏ 1.5 ਸਾਲ ਚ ਕਮਾ ਲਿਆ? ਹਾਂਜੀ। ਵਾਹ, ਕਿਆ ਬਾਤ ਹੈ! ਕਿਆ ਨਾਮ, ਕੀ ਨਾਮ ਤੁਹਾਡਾ? ਹਾਂਜੀ। ਕਿਆ ਬਾਤ ਹੈ! ਥੋੜੀ ਤਾਂ ਇੰਟਰਵਿਊ ਕਰਨ ਵਾਲਾ ਕੰਮ ਹੈ ਫਿਰ ਤਾਂ ਯਾਰ, ਵਧੀਆ। ਹਾਂਜੀ ਕਿਆ ਬਾਤ ਸਰ, ਤੇ ਇਹ ਫਿਰ ਕਿੱਦਾਂ ਕਮਾਇਆ? ਕਿੱਦਾਂ? ਬਾ ਵੀਡੀਓ ਦੇਖੀ? ਵੀਡੀਓ ਤੁਹਾਡੀ ਦੇਖੀ ਤੇ ਜੇ ਥੋੜਾ ਜਿਹਾ ਮੈਨੂੰ ਤਾਂ ਹੈਗਾ ਨੌਕਰੀ ਦੇ ਵਿੱਚ, ਅੱਛਾ ਪਰ ਉਹ ਕੌਨਫੀਡੈਂਸ ਨਹੀਂ ਸੀ ਹੁੰਦਾ। ਜੀ, ਤੇ ਫਿਰ ਉਹ ਕੈਨੇਡਾ ਨਾ ਜਾਣ ਕਰਕੇ ਮੇਰੇ ਕੋਲ ਸਿਰਫ 2 ਲੱਖ ਰੁਪਈਆ ਸੀ। ਅੱਛਾ ਜੀ, ਤੇ ਮੈਂ ਵਾਈਫ ਦੇ ਨਾਲ, ਛੋਟੇ ਬ੍ਰਦਰ ਦੇ ਨਾਲ ਗੱਲ ਕੀਤੀ ਤਾਂ ਵੀ ਆਪਾਂ ਆਪਣੇ ਲਾਗੇ ਇੱਕ ਪਲਾਟ ਮਿਲਦਾ ਆਪਾਂ ਨੂੰ 4 ਕੁ ਲੱਖ ਰੁਪਏ ਦਾ, ਖੇਤ ਵੀ ਆਪਾਂ ਉਹ ਲੈ ਲਈਏ। ਉਹ ਤੇ ਮੇਰੇ ਭਾਈ ਸਾਹਿਬ ਕਹਿਣ ਲੱਗੇ, ਭਾਈ ਸਾਹਿਬ ਆਪਾਂ ਚਲੋ ਰੋਟੀ ਵਧੀਆ ਖਾਣ ਦੇ, ਤੁਸੀਂ ਐਵੇਂ ਪੰਗੇ ਲੈਣ ਦੇ ਰਹਿਣ ਦੋ ਤੁਸੀਂ। ਘਰ ਦੇ ਸਾਰਿਆਂ ਨੂੰ ਪੁੱਛਿਆ, ਕਿਸੇ ਨੇ ਨਹੀਂ। ਫਿਰ ਮੈਂ ਤੇ ਜਿਵੇਂ ਤੁਹਾਨੂੰ ਸੁਣਦਾ ਸੀ, ਮੇਰੇ ਅੰਦਰ ਪੂਰਾ ਕੌਨਫੀਡੈਂਸ ਸੀ। ਕਿਆ ਬਾਤ ਹੈ! ਅੱਛਾ, ਗੁੱਡ ਯਾਰ, ਮੈਂ ਬਹੁਤ। 6 ਲੱਖ ਦਾ ਖਰੀਦ ਲਿਆ ਜੀ। ਉਹ ਅੱਛਾ, 2 ਲੱਖ ਰੁਪਈਆ ਸਿਰਫ ਮੇਰੇ ਕੋਲ ਸੀ, ਬਾਕੀ ਮੈਂ ਸੋਚਿਆ ਕੋਈ ਨੀ ਵਿਆਜ ਹੀ ਲੈ ਲਾਂਗੇ। ਲੈ ਲਾਂਗੇ ਤੋ ਕਿਤੋਂ। ਅੱਛਾ, ਇੰਤਜ਼ਾਮ ਹੋ ਜਾਓ। ਹਾਂਜੀ, ਉਹ 15 ਦਿਨਾਂ ਦੇ ਵਿੱਚ ਮੈਂ 8.25 ਲੱਖ ਦਾ ਵੇਚ ਦਿੱਤਾ। 8.25 ਲੱਖ ਦਾ 15 ਦਿਨ 'ਚ ਹੀ ਵੇਚਤਾ? ਕਿਆ ਬਾਤ! 6 ਲੱਖ ਦਾ ਵੇਚ। ਹਾਂਜੀ, ਉਸ ਤੋਂ ਬਾਅਦ ਫਿਰ ਇੱਕ ਪਲਾਟ ਮੈਂ ਹੋਰ ਲੈ ਲਿਆ ਜੀ। ਅੱਛਾ, ਉਹ ਮੈਂ ਉਹ ਮਹੀਨੇ ਦੇ ਵਿੱਚ ਮੈਂ 7 ਦਾ ਲੈ ਕੇ ਤੇ 8.25 ਦਾ ਵੇਚ ਦਿੱਤਾ। 7 ਦਾ ਲੈ ਕੇ 7.25 ਦਾ ਫਿਰ ਉਹ ਵੇਚਤਾ? ਜੀ ਜਿੱਦਾਂ ਸਾਡੇ ਮੁਹੱਲੇ ਦੇ ਵਿੱਚ ਹੀ ਫਿਰ ਇੱਕ ਜਿਹੜਾ ਤੁਸੀਂ ਕਹਿੰਦੇ ਆ ਨਾ ਵੀ ਜਿਹੜੀ ਆਮ ਬੰਦੇ ਵੇਖ ਕੇ ਪ੍ਰੋਪਰਟੀ ਨੂੰ ਕਈ ਵਾਰੀ ਕਹਿ ਦਿੰਦੇ ਨਹੀਂ ਇਹ ਨਹੀਂ ਠੀਕ ਪਲਾਟ ਆ, ਹੈਗਾ, ਨੱਕ ਨੱਕ ਬੁੱਲ ਮਾਰਦੇ ਜਿਹੜੇ। ਉਹ ਸਾਰੇ ਮੁਹੱਲੇ ਇਲਾਕੇ ਦੇ ਵਿੱਚ ਵੀ ਇਹ ਪਲਾਟ ਸਹੀ ਨਹੀਂ ਹੈਗਾ। ਅੱਛਾ ਜੀ, ਉਹ ਮੈਂ 1,05,000 ਨੂੰ ਮਰਲਾ ਲੈ ਲਿਆ ਜੀ। ਤੇ ਉਹ ਵੀ ਮੈਂ ਤਕਰੀਬਨ ਉਹਦੇ ਚ ਮੈਂ 14-15 ਲੱਖ ਰੁਪਈਆ, ਉਹਦੇ 4-5 ਲੱਖ ਰੁਪਈਆ ਮੈਨੂੰ ਬਚ ਗਿਆ ਉਹਦੇ ਨੂੰ। ਅੱਛਾ, ਕਿੰਨਾ ਕਿੰਨਾ ਮਿੱਟੀ ਮੁੱਟੀ ਪਾ ਕੇ? ਮੈਂ ਮਿੱਟੀ ਨਹੀਂ ਪਾਈ, ਉਹ ਕੁਦਰਤੀ ਮੈਂ ਉੱਥੇ ਥੋੜੀ ਸਾਫ਼ ਸਫਾਈ ਜੀ ਕਰ ਲਈ, ਥੋੜਾ ਜਿਹਾ ਮੈਂ ਗੇੜਾ ਗੂੜਾ ਰੱਖਣ ਲੱਗ ਪਿਆ, ਗੱਲਬਾਤ ਕਰਨ ਲੱਗ ਪਿਆ। ਪਿਆ ਅੱਛਾ, ਲੋਕ ਆਉਣੇ ਸ਼ੁਰੂ ਹੋ ਗਏ ਫਿਰ ਦੇਖ ਕੇ, ਹੈ ਨਾ? ਉਹ ਤੇ ਉਹ ਬੈਕ ਸਾਈਡ ਤੋਂ ਇੱਕ ਗਾਹਕ ਨਿਕਲਿਆ, ਉਹ ਕਹਿੰਦਾ ਮੈਨੂੰ ਬੈਕ ਤੋਂ ਦੇ ਦਿਓ, ਮੈਨੂੰ ਗਲੀ ਨਹੀਂ ਚਾਹੀਦੀ ਹੈਗੀ। ਅੱਛਾ, ਤੇ ਉਹ ਫਿਰ ਮੈਂ ਉਹਨਾਂ ਨੂੰ ਦੇ ਦਿੱਤਾ 5 ਮਰਲੇ 1.25 ਲੱਖ ਨੂੰ, ਦੂਸਰਾ ਮੈਂ 9 ਲੱਖ ਦਾ ਦੇ ਦਿੱਤਾ ਜਿਹੜਾ 5 ਮਰਲੇ ਰਹਿ ਗਿਆ ਮੇਰੇ ਕੋਲ। ਅੱਛਾ, ਇਹਦੇ 'ਚ ਕਿੰਨੇ ਪੈਸੇ ਬਚੇ ਫਿਰ? ਇਹ ਤਕਰੀਬਨ 4-5 ਲੱਖ ਰੁਪਏ ਬਚ ਗਿਆ ਹੋਣਾ। ਕਿਆ ਬਾਤ ਹੈ! ਅੱਛਾ, ਗੁੱਡ ਗੁੱਡ। ਹਾਂ, ਉਹਦੇ ਲਾਗੇ ਇੱਕ ਪਲਾਟ ਸੀ ਸਰ, ਤੇ ਉਹ ਮੈਂ ਉਹਨਾਂ ਨੂੰ ਪੁੱਛਿਆ, ਅੰਕਲ ਪ੍ਰੋਪਰਟੀ ਦਾ ਕੰਮ ਕਰਦੇ, ਮੈਂ ਕਿਹਾ ਜੀ ਇਹ ਪਲਾਟ ਕਿਤਾ ਵੇਚਦੇ ਨੀਗੇ? ਕਹਿੰਦੇ ਵੇਚਦੇ ਤੇ ਹੈਗੇ ਆ, ਸੌਦਾ ਵੀ ਬੜਾ ਵਧੀਆ ਹੋ ਗਿਆ ਸੀ, ਸਾਡੇ ਵੀ ਵਧੀਆ ਪੈਸੇ ਬਣਦੇ ਸੀ, ਪਰ ਉਹ ਬੰਦਾ ਹੀ ਕਹਿੰਦਾ ਵੀ ਵਿੱਚੋਂ ਕਿਸੇ ਨੇ ਭਾਨੀ ਮਾਰ ਦਿੱਤੀ। ਮੈਂ ਹੋਰ ਕੀ ਮੰਗਦੇ ਆ? ਉਹ ਕਹਿੰਦੇ ਆ ਵੀ ਮੈਂ ਪੁੱਛ ਕੇ ਦੱਸਾਂਗਾ। ਉਹਨਾਂ ਦੱਸਿਆ ਵੀ ਕਹਿੰਦੇ ਵੀ 2.5 ਲੱਖ ਨੂੰ ਮਰਲਾ ਸੌਦਾ ਹੋਏਗਾ, ਪਰ 3 ਦੁਕਾਨਾਂ ਨਿਕਲਦੀਆਂ ਸੀ। ਅੱਛਾ, ਮਰਲਾ ਦਾ ਮਤਲਬ ਹੈ ਉੱਥੇ 25 ਗਜ਼ ਦਾ ਹੀ, 22 ਗਜ਼ ਦਾ ਹੀ ਮਤਲਬ ਹੋਏਗਾ ਨਾ? 182 ਹਾਂਜੀ, 22 ਗਜ਼ ਦਾ ਹੀ। ਅੱਛਾ, ਠੀਕ ਹੈ। ਤੇ ਫਿਰ ਮੈਂ ਤੁਹਾਡੇ ਹਿਸਾਬ ਤੁਹਾਨੂੰ ਸੁਣਦਾ ਸੀ, ਫਿਰ ਮੈਂ ਸੋਚਿਆ ਵੀ 3 ਤੇ ਦੁਕਾਨਾਂ ਮੇਰੀਆਂ ਨਿਕਲਦੀਆਂ ਵਾ। ਹਾਂਜੀ, ਤੇ ਉਹ ਮੈਂ ਵੇਚ ਕੇ ਵੀ ਉਹਦੇ ਵਿੱਚੋਂ ਤੇ 1 ਦੁਕਾਨ 2 ਲੱਖ ਰੁਪਈਆ ਮੈਨੂੰ ਬਚ ਗਿਆ, ਤੇ 1 ਦੁਕਾਨ ਮੈਨੂੰ ਬਚ ਗਈ ਜਿਹੜੀ ਮੇਰੀ ਅੱਜ 15 ਲੱਖ ਦੀ। ਕਿਆ ਬਾਤ ਹੈ! ਗੁੱਡ ਯਾਰ, ਮੈਨੂੰ ਹੁਣ ਤੁਹਾਡੇ ਤੋਂ ਸਿੱਖਣ ਦੀ ਲੋੜ ਹੈ। ਨਹੀਂ ਨਹੀਂ ਸਰ, ਤੁਹਾਨੂੰ ਸੁਣ ਕੇ ਮੇਰੀ ਜ਼ਿੰਦਗੀ ਬਦਲ ਗਈ ਬਿਲਕੁਲ ਸਰ। ਕਿਆ ਬਾਤ ਹੈ ਯਾਰ, ਕਿਆ ਬਾਤ ਹੈ! ਅੱਛਾ, ਮੈਂ ਬਿਲਕੁਲ 8ਵੀਂ ਫੇਲ ਆ ਜੀ ਬੰਦਾ। ਇੱਥੇ ਪੜ੍ਹਾਈ ਦੀ ਤਾਂ ਗੱਲ ਹੀ ਨਹੀਂ ਨਾ, ਇੱਥੇ ਤਾਂ ਦਿਮਾਗ ਖੁੱਲਣ ਦੀ ਗੱਲ ਹੈ, ਹਾਂ ਪੜ੍ਹਾਈ ਦੀ ਗੱਲ ਹੀ ਨਹੀਂ ਹੈ ਨਾ। ਕਿਆ ਬਾਤ! ਬਹੁਤ ਬਹੁਤ ਅੱਛਾ, ਬਹੁਤ ਵਧੀਆ ਲੱਗਿਆ, ਬਹੁਤ ਹੀ ਵਧੀਆ ਲੱਗਿਆ ਇਹ ਗੱਲ ਸੁਣ ਕੇ ਯਾਰ। ਤੇ ਮੈਂ ਕਿਹਾ ਅੱਜ ਸਰ ਦਾ ਥੈਂਕ ਯੂ ਕਰਨਾ ਵਾ ਅੱਜ। ਕਿਆ ਬਾਤ ਹੈ! ਬਹੁਤ ਵਧੀਆ, ਬਹੁਤ ਵਧੀਆ। ਮੈਨੂੰ ਇਸ ਤੋਂ ਵੱਧ ਖੁਸ਼ੀ ਕੋਈ ਨਹੀਂ ਹੋ ਸਕਦੀ, ਜੇ ਕੋਈ ਮੇਰੇ ਮਤਲਬ ਕੋਈ ਗੱਲ ਮੰਨ ਕੇ ਜੇ ਕਿਸੇ ਨੂੰ 4 ਪੈਸੇ ਬਚਦੇ, ਵਧੀਆ ਗੱਲ, ਬਹੁਤ ਵਧੀਆ ਗੱਲ। ਹਾਂ ਜੀ, ਹੁਣ ਮੈਂ ਨਾ ਇੱਕ ਸੌਦਾ ਲਿਆ, 7 ਸਾਡੇ ਸ਼ਹਿਰ ਦੇ ਲਾਗੇ ਸੀ, ਤਕਰੀਬਨ 1 ਕਿੱਲਾ 7 ਕਨਾਲਾ ਸੀ ਜਗ੍ਹਾ। ਅੱਛਾ, ਨੇੜੇ? ਹਾਂ ਜੀ, ਉੱਥੇ ਮੈਂ ਨੇੜੇ ਨੇੜੇ ਕੰਮ ਕਰਦਾ ਸੀ। ਛੋਟਾ ਜਿਹਾ, ਇੱਕ ਛੋਟਾ ਜਿਹਾ ਕਸਬਾ ਆਇਆ ਇੱਕ ਵਾਰੀ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਗਏ ਸੀ। ਹਾਂ ਹਾਂ ਜੀ, ਛੋਟਾ ਹੀ ਆ ਜੀ। ਉਹ ਦੇਖੋ ਜੀ, ਮੈਂ 7 ਕਨਾਲਾ ਲੈ ਲਈਆਂ 49 ਲੱਖ ਰੁਪਏ ਦੀਆਂ। 7 ਕਨਾਲ? ਅੱਛਾ, ਹਾਂ ਜੀ। ਤੇ ਉਹਦਾ ਫਰੰਟ ਸੀ 130 ਜੀ। ਓਕੇ, ਮੈਂ ਉਹਦੀਆਂ ਅੱਗੋ ਜੀ 11 ਦੁਕਾਨਾਂ ਕੱਢ ਕੇ ਅੱਗੋਂ ਤੇ 22 ਫੁੱਟ ਰਸਤਾ ਰੱਖ ਲਿਆ, 20 ਫੁੱਟ ਰਸਤਾ ਰੱਖ ਲਿਆ, 20 ਫੁੱਟ ਰਸਤਾ ਰੱਖ ਕੇ ਤੇ ਮੈਂ ਉਹ ਕੋਈ ਬਾਹਰ ਦੀ ਹੈਗੀ ਸੀ ਸਾਹਮਣੇ, ਉਹਨੂੰ ਸਾਰੀਆਂ ਦੀ ਸਾਰੀਆਂ ਦੁਕਾਨਾਂ ਨੂੰ ਮੈਂ ਦੇ ਦਿੱਤੀਆਂ। ਮੇਰੇ ਅਗਲੇ ਪੈਸੇ ਸਾਰੇ ਪੂਰੇ ਹੋ ਗਏ ਜੀ। ਦੁਕਾਨਾਂ 'ਚ ਹੀ ਪੈਸੇ ਪੂਰੇ ਹੋ ਗਏ? ਪੈਸੇ ਪੂਰੇ ਦੁਕਾਨਾਂ 'ਚ ਹੀ ਹੋ ਗਏ। 11 ਦੁਕਾਨਾਂ 'ਚ ਮਤਲਬ 5 ਲੱਖ ਰੁਪਏ ਦੁਕਾਨ ਵੇਚੀ? 4.5 ਲੱਖ ਦੀ ਇੱਕ ਦੁਕਾਨ ਵੇਚਤੀ ਜੀ। 9-50 ਲੱਖ ਪੂਰਾ ਹੋ ਗਿਆ ਫਿਰ ਤਾਂ। ਹਾਂ ਜੀ, ਹਾਂ ਜੀ। ਅੱਛਾ, ਹਾਂ ਜੀ, ਹਾਂ ਜੀ।
ਤੇ ਪਿੱਛੇ ਪਿੱਛੇ ਕਿੰਨੀ ਜਗ੍ਹਾ ਬਚ ਗਈ ਫਿਰ? ਦੇਖੋ ਜੀ ਮੇਰੇ ਖਿਆਲ ਪੰਜ ਵੀ ਪੰਜ ਸਾਢੇ ਪੰਜ ਕਨਾਲ ਬਚ ਗਈ ਹੋਣੀ ਆ, ਬਚ ਗਈ ਹਾਂਜੀ, ਆਰਾਮ ਨਾਲ ਬਚ ਗਈ ਹਾਂਜੀ। ਪੰਜ ਸਾਢੇ ਪੰਜ ਕਨਾਲ ਦਾ ਮਤਲਬ ਹੈਗਾ ਜੇ ਤੁਸੀਂ ਉੱਥੇ ਉਹਨੂੰ ਆਪਣਾ ਮਰਲੇ ਦੇ ਹਿਸਾਬ ਨਾਲ ਲਾਓ, 50-60 ਹਜ਼ਾਰ ਰੁਪਏ ਮਰਲਾ ਵੀ ਲਾਓ ਤਾਂ ਵੀ ਕਿੱਥੇ ਕਿੱਥੇ ਪਹੁੰਚ ਗਿਆ ਕੰਮ ਨਾ? ਹਾਂ ਜੀ, ਡਬਲ ਹੋ ਸਮਝੋ ਜੀ 70-80 ਤੋਂ 90 ਲੱਖ ਰੁਪਇਆ ਆਰਾਮ ਨਾਲ ਬਚਦਾ ਜੇ ਆਪਾਂ 70-80 ਨੂੰ ਸਾਡਾ ਹੱਸ ਕੇ ਵੇਖਦਾ ਵਾ ਉੱਥੇ। ਕਿਆ ਬਾਤ ਹੈ, ਕਿਆ ਬਾਤ ਹੈ, ਵਧਾਈਆਂ ਵਧਾਈਆਂ ਬਹੁਤ ਬਹੁਤ ਸਿੰਘ ਸਾਹਿਬ, ਕਿਆ ਬਾਤ, ਮਜ਼ਾ ਆ ਗਿਆ ਯਾਰ। ਬਸ ਮੈਂ ਵੈਸੇ ਫੋਨ ਘੱਟ ਹੀ ਸੁਣਦਾ, ਅੱਜ ਪਰ ਤੁਹਾਡਾ ਚੁੱਕ ਲਿਆ ਫੋਨ ਮੈਂ। ਮੈਂ ਵੀ ਬੜੇ ਚਿਰ ਦਾ ਲਾਂਗ ਸੋਚਦਾ, ਮੈਂ ਸ਼ਾਇਦ ਸਾਰ ਕਿਤੇ ਬਿਜ਼ੀ ਨਾ, ਮੈਂ ਚੱਲ ਥੈਂਕ ਯੂ ਤੇ ਕਰਨਾ ਤੇਰਾ ਬਣਦਾ ਵਾ ਤੇਰਾ ਇਹ ਤਾਂ ਮੈਂ ਚਲੋ ਕੁਛ ਕਦੇ ਕਦੇ ਰਹਿ ਵੀ ਜਾਂਦਾ, ਬਦੀ ਬਿਜ਼ੀ ਹੁੰਦਾ ਵੀ ਆ। ਹਾਂ ਜੀ, ਕਿਤਾਬਾਂ ਕਿਤਾਬਾਂ ਲਿਖ ਰਹੇ ਹੋ ਨਾ ਉਹਦੇ 'ਚ? ਹਾਂ ਠੀਕ ਹੈ, ਮੈਂ ਉਹ ਲੈ ਕੇ ਆਉਂਦੀ ਪ੍ਰੋਪਰਟੀ, ਕਾਰੋਬਾਰ ਖੁਸ਼ਹਾਲੀ, ਬੁੱਕ ਵੀ ਤੁਹਾਡੀ ਲਈ ਸੀ ਉਹ? ਅੱਛਾ, ਉਹ ਤਾਂ ਮੈਂ ਵੈਸੇ ਪਹਿਲਾਂ ਵੈਸੇ ਯੂਟਿਊਬ ਤੇ ਸਾਰੀ ਸੋਹਣੀ ਲਈ ਸੀ ਵੈਸੇ, ਪਰ ਫਿਰ ਵੀ ਮੈਨੂੰ ਸੀ ਮੈਂ ਲੈ ਕੇ ਮੈਂ ਆਵਾਂ ਜ਼ਰੂਰ। ਓਕੇ, ਕਿਆ ਬਾਤ ਹੈ। ਸਾਡੇ ਕੋਲ ਜਿਹੜੇ ਬੰਦੇ ਟ੍ਰੇਨਿੰਗ ਵਾਲੇ ਆਉਂਦੇ ਨਾ, ਉਹ ਤਿੰਨ ਤਿੰਨ ਚਾਰ ਚਾਰ ਵਾਰ ਆ ਰਹੇ ਹੈ, ਮਤਲਬ ਇਹ ਨਹੀਂ ਬੋਰ ਨਹੀਂ ਹੋ ਕੇ ਜਾਂਦਾ ਬੰਦਾ, ਬੜੇ ਖੁਸ਼ ਹੋ ਕੇ ਜਾਂਦੇ ਆ, ਦੁਬਾਰੇ ਦੁਬਾਰੇ ਫੇਰ ਆਉਂਦੇ ਵੀ ਹਰ ਚੀਜ਼, ਹਰ ਵਾਰ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਹੈ। ਹਾਂਜੀ ਹਾਂਜੀ ਬਿਲਕੁਲ, ਸੁਪਰੀਮ ਕੋਰਟ ਦਾ ਵਕੀਲ, ਹੋਰ ਕਿੰਨੇ ਬੰਦੇ ਸਾਡੇ ਕੋਲ ਹੈਗੇ ਆ ਜਿਹੜੇ ਬੰਦੇ ਸਾਡੇ ਕੋਲ ਮਤਲਬ ਕੰਮ ਸਿੱਖਣ ਵਾਸਤੇ ਆਉਂਦੇ ਆ। ਤਾਂ ਹੀ ਜੇ ਕਿਸੇ ਨੂੰ ਫਾਇਦਾ ਹੁੰਦਾ ਤਾਂ ਹੀ ਆਉਂਦਾ ਨਹੀਂ, ਅਦਰਵਾਈਜ਼ ਤਾਂ ਬੰਦਾ ਕਹਿੰਦਾ ਇੱਕ ਵਾਰੀ ਯਾਰ ਪੈਸੇ ਲੈ ਲਏ, ਤੁਸੀਂ ਤਾਂ ਯਾਰ ਐਵੇਂ ਮੇਰਾ ਨੁਕਸਾਨ ਕਰਾਤਾ ਨਾ, ਮਜ਼ਾ ਨਹੀਂ ਆਇਆ। ਨਹੀਂ ਸਰ, ਤੁਹਾਡਾ ਤਰੀਕਾ ਜਿਹੜਾ ਬੜਾ ਸਿੰਪਲ ਆ ਤੇ ਆਮ ਬੰਦੇ ਬੜੇ ਯਤਨ ਸਾਰਿਆਂ ਨੂੰ ਸਮਝ ਵਿੱਚ ਆਉਂਦਾ ਵਾ, ਸਾਰਿਆਂ ਨੂੰ ਸਮਝ ਆ ਜਾਂਦਾ। ਬਸ 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 ਬਸ, ਹਾਂਜੀ ਹਾਂਜੀ, ਕੰਟੈਂਟ ਬਹੁਤ ਸਿੰਪਲ ਰੱਖਿਆ ਮੈਂ ਬਸ। ਵੈਸੇ ਗੱਲ ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਨਾ, ਇਦਾਂ ਹੀ ਗੱਲ ਕਰਦਾ ਮੈਂ ਉਹਦੇ 'ਚ, ਵੀਡੀਓ 'ਚ ਵੀ ਇਦਾਂ ਹੀ ਗੱਲ ਕਰਦਾ ਮੈਂ। ਹਾਂਜੀ ਹਾਂਜੀ ਹਾਂਜੀ, ਮੈਂ ਤੇ ਤਕਰੀਬਨ ਜਦੋਂ ਆਣ ਕੇ ਥੱਕ ਕੇ ਲੰਮੇ ਪੈਣਾ ਤੁਹਾਡੀ ਵੀਡੀਓ ਅੱਗੇ ਕੀਰਤਨ ਲਾਉਂਦਾ ਹੁੰਦਾ, ਹੁਣ ਤੁਹਾਡੀ ਵੀਡੀਓ ਪਾ ਕੇ ਲੰਮਾ ਪੈ ਜਾਂਦਾ। ਕਿਆ ਬਾਤ ਹੈ, ਕੀਰਤਨ ਨੇ ਬਰਾਬਰ ਕਰਤਾ ਕੰਮ ਨੂੰ ਹੈ। ਮੇਰੇ ਹਿਸਾਬ ਨਾਲ ਤੇ ਹੀਰਾ ਵਾ ਉਹ। ਅੱਛਾ, ਤੇ ਆਮ ਜਨਤਾ ਦੇ ਹਿਸਾਬ ਦੇ ਨਾਲ ਤੇ ਨਹੀਂ। ਅੱਛਾ, ਪੌਣੇ 3 ਕਿੱਲੇ ਜਗ੍ਹਾ ਹੈਗੀ ਆ ਜੀ ਉਹ। ਫਰੰਟ ਹੁੰਦਾ ਹੈਗਾ 210 ਫੁੱਟ ਜੀ। ਠੀਕ ਹੈ ਜੀ, ਉਹਦੇ ਲਾਗੇ ਦੋਵੇਂ ਸਾਈਡਾਂ ਤੋਂ ਰੋਡ ਪੈਂਦਾ ਵਾ ਤੇ ਤਕਰੀਬਨ ਲਾਗੇ ਲਾਗੇ ਮਾਰਕੀਟ ਬਣੀ ਹੋਈ ਆ। ਠੀਕ ਹੈ ਜੀ, ਇੱਕ ਸਾਈਡ ਤੇ ਥੋੜੀ ਜਿਹੀ ਬਸਤੀ ਜੇ ਯਾਨੀ ਕਿ ਥੋੜਾ ਜਿਹਾ ਹੋਣ ਕਰਕੇ ਤੇ ਥੋੜੀ ਜਿਹੀ ਰੁਕ ਗਿਆ ਕੰਮ। ਤੇ ਮੈਂ ਕਿਸੇ ਸਿੰਘ ਨੂੰ ਨਾਲ ਦਿਖਾਈ ਸੀ ਤੇ ਉਹ ਕਹਿੰਦਾ ਸੀ, ਮੈਂ ਕਿਹਾ ਵੀ ਇਹਦੀ ਪ੍ਰੋਬਲਮ ਦਾ ਹੱਲ ਹੈਗਾ ਵਾ, ਨਹੀਂ ਤਾਂ ਹੱਲ ਇਹ ਆ ਵੀ ਆਪਾਂ ਰੋਡ ਤੋਂ ਅੱਗੋਂ 10 ਫੁੱਟ ਥਾਂ ਛੱਡ ਦਈਏ ਆਪਣਾ, ਹੋਰ ਵੀ ਛੱਡ ਦੋ, 10 ਤੋਂ ਵੱਧ ਵੀ ਛੱਡ ਦੋ, ਤੁਹਾਨੂੰ ਕੋਈ ਗੱਲ ਨਹੀਂ। ਹਾਂ, 10-15 ਫੁੱਟ ਥਾਂ ਛੱਡ ਕੇ ਤੇ ਅੱਗੇ ਟਾਇਲ ਲਾ ਕੇ ਤੇ ਆਪਾਂ 15x50 ਦੀਆਂ ਦੁਕਾਨਾਂ ਕੱਢ ਦਈਏ। ਆਈ ਸ਼ਾਬਾਸ਼। ਹਾਂਜੀ, ਤੇ ਜੇ ਮੰਨ ਲਓ 10 ਲੱਖ ਦੀ ਆਪਣੀ ਰੇਟ ਕੀ ਮਿਲਦੀ ਹੈ ਜ਼ਮੀਨ? ਉਹ ਬੰਦੇ ਦਾ ਅੱਗੇ 38 ਲੱਖ ਨੂੰ ਸੌਦਾ ਹੋਇਆ ਸੀ ਜੀ, ਕਿੱਲੇ ਦਾ, ਕਿੱਲੇ ਦਾ ਜੀ। ਤੇ ਜੇ ਮੈਨੂੰ ਦਿਖਾਣੀ, ਮੈਨੂੰ ਵੀ ਦਿਖਾ ਲਓ ਤਾਂ ਵੀ ਕੋਈ ਗੱਲ ਨਹੀਂ। ਹਾਂਜੀ, ਤੇ ਮੈਂ ਸੋਚਦਾ ਵੀ ਸਰ ਜੀ ਜੇ ਤੁਹਾਨੂੰ ਦਿਖਾਉਣੀ ਹੋਵੇ ਤੇ ਜਾਂ ਪ੍ਰੋਪਰ ਸਾਰੇ ਸੌਦੇ ਤੱਕ ਤੁਹਾਨੂੰ ਐਂਡ ਤੱਕ ਅਸੀਂ ਨਾਲ ਤੁਹਾਡੀ ਸਲਾਹ ਲੈਣੀ ਹੋਵੇ ਤੇ ਉਹ ਪੁੱਛ ਲਏ ਭਾਈ ਸਾਹਿਬ, ਕਹਿੰਦੇ ਪੁੱਛ ਲਏ ਭਾਈ ਸਾਹਿਬ ਉਹਨੂੰ ਕੀ ਫੀਸ ਹੁੰਦੀ ਜਾਂ ਕਿੱਦਾਂ। ਹਾਂਜੀ, ਕੋਈ ਨਹੀਂ ਕੋਈ ਨਹੀਂ, ਆਪਾਂ ਦੇਖ ਲੈਂਦੇ ਕਰ ਲੈਂਦੇ ਹਾਂ। ਹਾਂ ਠੀਕ, ਮੈਂ ਕੱਲ੍ਹ ਵੀ ਇੱਕ ਸੌਦਾ ਕਿਸੇ ਨੂੰ ਲੈ ਕੇ ਕਰਾਇਆ, ਉਹਨੇ ਮੈਨੂੰ ਸੌਦੇ ਦੇ ਵਿੱਚੋਂ ਮੈਂ ਉਹਨਾਂ ਨੂੰ ਮਤਲਬ ਥੋੜ੍ਹੇ ਜਿਹੇ ਪੈਸੇ ਲਾਣੇ ਉਹਨਾਂ ਨੇ ਤੇ ਉਹਨਾਂ ਨੇ ਬੜਾ ਸੋਹਣਾ ਪ੍ਰੋਫਿਟ ਆਉਣਾ ਉਹਨਾਂ ਨੂੰ, ਕੱਲ੍ਹ ਹੀ ਇੱਥੇ ਲੈ ਕੇ ਦਿੱਤਾ ਕੋਲ ਸੌਦਾ ਲਿਖ ਦਿੱਤਾ। ਠੀਕ ਹੈ ਸਰ, ਬੜੇ ਸੋਹਣੇ ਪੈਸੇ ਬਚਣਗੇ, ਬਹੁਤ ਸੋਹਣੇ ਪੈਸੇ ਮੇਰਾ ਖਿਆਲ ਵੀ 15 ਲੱਖ ਰੁਪਏ ਨਾਲ 30 ਲੱਖ ਰੁਪਏ ਘੱਟੋ ਘੱਟ ਬਚੇਗਾ। ਠੀਕ ਹੈ ਜੀ, ਤੇ ਉਹ ਮਤਲਬ ਇਹ ਐਸੇ ਸੌਦੇ ਫਿਰ ਉਹ ਤਾਂ ਥੋੜੀ ਚਲੋ ਮਾੜੇ ਮੋਟੇ ਸਾਨੂੰ ਵੀ ਅਗਲਾ ਦੇ ਦਿੰਦਾ ਵੀ ਚਲੋ ਯਾਰ। ਹਾਂ ਨਹੀਂ ਕੋਈ ਗੱਲ ਨਹੀਂ, ਜਿਹੜੀ ਸਾਡੀ ਫੀਸ ਆ ਉਹ ਦੇ ਦਿੰਦਾ ਬੰਦਾ। ਹਾਂ, ਸਾਨੂੰ ਸਿਰਫ ਹੁਣ ਪ੍ਰੋਬਲਮ ਇਹ ਮੈਨੂੰ ਆ ਰਹੀ ਮਾੜੀ ਉੱਥੇ ਦੀ, ਇਹ ਵੱਡੇ ਸੌਦੇ ਤੇ ਮੇਰਾ ਉੱਥੇ ਥੋੜਾ ਇਲਾਕਾ ਵੱਖਰਾ ਵਾ, ਥੋੜਾ ਕੰਫੀਡੈਂਸ ਨਹੀਂ ਆ ਰਿਹਾ। ਨਹੀਂ ਕੋਈ ਗੱਲ ਨਹੀਂ, ਕੰਫੀਡੈਂਸ ਨੂੰ ਕੀ ਹੈ, ਤੁਸੀਂ ਆਪਾਂ ਲੋਕਲ ਬੰਦੇ ਯਾਰ, ਮੈਂ ਆ ਜਾਣਾ ਕਦੋਂ ਆਣਾ ਬੋਲੋ। ਮੈਂ ਤੁਹਾਨੂੰ ਵੀ ਦੂਜੇ ਵੀਰ ਜੀ ਨਾਲ ਸਲਾਹ ਕਰਕੇ ਨਾ ਫਿਰ ਆਪਾਂ, ਮੈਂ ਅੱਜ ਬਿਜੀ, ਅੱਜ 2 ਕੁ ਦਿਨ ਪ੍ਰੋਗਰਾਮ ਆ ਬਾਹਰ ਕੀਰਤਨ ਦੇ ਜਿਵੇਂ ਚਾਹੀਦਾ ਸੀ। ਹਾਂਜੀ, ਫਿਰ ਆਪਾਂ ਕਰਕੇ ਕਾਲ, ਤੁਸੀਂ ਇਹ ਨੰਬਰ ਫੀਡ ਕਰ ਲਿਓ ਤੁਸੀਂ ਜਦੋਂ ਕਿਤੇ ਤੁਹਾਡਾ। ਠੀਕ ਹੈ ਠੀਕ ਹੈ ਠੀਕ ਹੈ, ਚਲੋ 1 ਕਰੋੜ ਰੁਪਇਆ ਕਮਾਉਣ ਲਈ ਧੰਨਵਾਦ, ਮਤਲਬ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਸਰ, ਥੈਂਕ ਯੂ, ਤੁਹਾਡੇ ਕਰਕੇ ਸਾਰਾ ਕੁਛ ਹੋਇਆ ਜੀ। ਹਾਂਜੀ ਸਰ, ਠੀਕ ਠੀਕ ਹੈ ਸਰ।